ਆਦੋ ਸੱਚ ਦੁਗਾਦ ਸੱਚ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਿਸ ਪਿਆਰੇ ਸਿਉ ਨੇ ਤਿਸ ਅਗੇ ਮਰ ਚਲੀਏ ਤ੍ਰਿਗ ਜੀਵਨ ਸੰਸਾਰ ਤਾਂ ਕਪਸ਼ ਜੀਵਨ ਦਿਲੋ ਮੁਹਬਤ ਜਿਨ ਸੇ ਸਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਚੇ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੈ ਵਿਸਰਿਆ ਜਿਨਨਾ ਤੇ ਪੁਆਰਤੀਂ ਆਪ ਲਈ ਲੜ ਲਾਈ ਦਰ ਦਰ ਵੇਸੈ ਤਿੰਨ ਤਨ ਜਨੇ ਧੀਮਾਂ ਆਏ ਸਫਲ ਸੇ ਪਰਵਤ ਦੀ ਗਾਰ ਅਪਾਰ ਅਗਮ ਬੇਅੰਤ ਤੋ ਜਿਨਾ ਪਛਾਤਾ ਸੱਚ ਚੁਮਾ ਪੈਰ ਮੁ ਤੇਰੀ ਪਨਾਹ ਖੁਦਾਈ ਤੂੰ ਬਖਸ਼ ਚੰਦਗੀ ਸ਼ੇਖ ਫਰੀਦ ਕਰਦੀ ਜ ਬੰਦਗੀ ਜੁਗ ਜੁਗ ਅਟਲ ਜਬਰ ਸ਼ਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੀ ਵਾਲੀਏ ਕੁਲ ਆਲਮ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਨਾਂ ਦੀ ਮੁਬਾਰਕ ਨਿਗੀ ਗੋਦ ਅੰਦਰ ਜੁੜ ਬੈਠੇ ਅਤੀ ਸਤਕਾਰਯੋਗ ਸత్సੰਗੀ ਜਨੋ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਸਦਕਾ ਜਿੱਥੇ ਆਪਾਂ ਜਪ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਕੀਤੀ ਹੈ ਉੱਥੇ ਹੀ ਸਤਿਗੁਰੂ ਦੀ ਕਿਰਪਾ ਸਦਕਾ ਗੁਰਪ੍ਰਸਾਦ ਦੀ ਕਿਰਪਾ ਸਦਕਾ ਇੱਕ ਇੱਕ ਪੌੜੀ ਚੜ ਕੇ ਅਸੀਂ ਅਕਾਲ ਪੁਰਖ ਦੇ ਗੁਣਾ ਨੂੰ ਆਪਣੀ ਜ਼ਿੰਦਗੀ ਅੰਦਰ ਵਸਾਉਣ ਦਾ ਯਤਨ ਕਰ ਰਹੇ ਹਾਂ ਕੱਲ ਦੇ دیਵਾਨਾ ਦੇ ਵਿੱਚ ਆਪਾਂ ਨਿਰਪਉ ਗੁਣ ਦੀ ਵਿਚਾਰ ਕੀਤੀ ਸੀ ਜੋ ਰੱਬ ਦਾ ਪਰਮਾਤਮਾ ਦਾ ਗੁਣ ਹੈ ਅੱਜ ਆਪਾਂ ਅਗਲੀ ਪੌੜੀ ਤੇ ਚੜਦਿਆਂ ਨਿਰਵੈਰ ਦੀ ਵਿਚਾਰ ਕਰਨ ਜਾ ਰਹੇ ਹਾਂ ਆਓ ਜਿੰਨੇ ਵੀ ਸਰੀਰ ਗੁਰੂ ਦਰਬਾਰ ਵਿੱਚ ਜੁੜੇ ਹੋ ਸਤਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤੇ ਨਾਲ ਸਾਂਝ ਪਾਈਏ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤ ਨਿਰਵੈਰ ਨਿਰਵੈਰ ਦਾ ਮਤਲਬ ਹੈ ਜਿਹਦਾ ਕਿਸੇ ਨਾਲ ਕੋਈ ਵੈਰ ਨਹੀਂ ਵੈਰ ਤੋਂ ਰਹਿਤ ਹੈ ਪ੍ਰਮਾਤਮਾ ਨਿਰਵੈਰ ਹੈ ਉਦਾ ਕਿਸੇ ਨਾਲ ਕੋਈ ਵੈਰ ਨਹੀਂ ਉਹਦੀ ਨਿਗਾਹ ਦੇ ਵਿੱਚ ਸਭ ਇੱਕੋ ਸਮਾਨ ਨੇ ਪਰ ਮਨੁੱਖ ਨੂੰ ਨਿਰਵੈਰ ਸ਼ਬਦ ਅਖਵਾਉਣ ਲਈ ਬੜਾ ਕਠਿਨ ਹੈ ਬੜਾ ਔਖਾ ਹੈ ਪ੍ਰਮਾਤਮਾ ਨਿਰਵੈਰ ਹੈ ਫਾਇਦਾ ਤਾਂ ਤਾਂ ਹੈ ਜਦੋਂ ਅਸੀਂ ਵੀ ਨਿਰਵੈਰ ਬਣਾਂਗੇ ਪ੍ਰਮਾਤਮਾ ਦੇ ਇਸ ਗੁਣ ਨੂੰ ਜ਼ਿੰਦਗੀ ਅੰਦਰ ਕਮਾਵਾਂਗੇ ਤਾਂ ਹੀ ਸਾਨੂੰ ਫਾਇਦਾ ਹੈ ਨਾ ਪਰ ਕਹਿਣ ਲੱਗੇ ਨਿਰਵੈਰ ਸ਼ਬਦ ਅਖਵਾਉਣਾ ਬੜਾ ਹੀ ਕਠਿਨ ਹੈ ਬੜਾ ਔਖਾ ਹੈ ਜ਼ੁਬਾਨ ਨਾਲ ਕਹਿਣਾ ਸੌਖਾ ਹੈ ਪਰ ਜਦੋਂ ਇਹਨੂੰ ਅਸੀਂ ਆਪਣੇ ਸਰੀਰ ਦੇ ਉੱਪਰ ਆਪਣੀ ਜ਼ਿੰਦਗੀ ਅੰਦਰ ਢਾਲਦੇ ਆ ਨਾ ਤਾਂ ਨਿਰਵੈਰ ਹੋਣਾ ਬੜਾ ਔਖਾ ਹੈ ਬੰਦਾ ਤੇ ਇੱਕ ਨਿਰਵੈਰ ਬੜਾ ਕਹਿਣਾ ਸੌਖਾ ਹੈ ਖਵਾਉਣਾ ਬੜਾ ਔਖਾ ਹੈ ਮਿਸਾਲ ਦੇ ਰਿਹਾ ਜੀ ਇੱਕ ਛੋਟੀ ਜੀ ਮੰਨ ਲਓ ਕਿਸੇ ਪਰਿਵਾਰ ਦੀ ਤੁਸੀਂ ਆਰਥਿਕ ਤੌਰ ਤੇ ਮਦਦ ਕਰਦੇ ਹੋ ਉਸ ਪਰਿਵਾਰ ਦੀ مالی ਹਾਲਤ ਵਧੀਆ ਨਹੀਂ ਹੈ ਉਹ ਪਰਿਵਾਰ ਦਾ ਕਾਰੋਬਾਰ ਨਾ ਵਧੀਆ ਹੁਣ ਕਰਕੇ ਬੱਚਿਆਂ ਦੀ ਫੀਸ ਜਾਂ ਪਰਿਵਾਰ ਨੂੰ ਖਾਣ ਪੀਣ ਲਈ ਰਾਸ਼ਨ ਵਗੈਰਾ ਦੀ ਮਦਦ ਕਰਦੇ ਪਰ ਅਸੀਂ ਮਦਦ ਕਰਦੇ ਹਾਂ ਹਰ ਮਹੀਨੇ ਉਹਨੂੰ ਕੁਝ ਪੈਸਾ ਦੇਨੇ ਆ ਤਾਂ ਜੋ ਆਪਣੇ ਘਰ ਦਾ ਗੁਜ਼ਾਰਾ ਤੇ ਬੱਚਿਆਂ ਨੂੰ ਪੜਾ ਸਕੇ ਪਰ ਜਿਸ ਦਿਨ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਏ ਕਿ ਜਿਸ ਬੰਦੇ ਦੀ ਅਸੀਂ ਮਦਦ ਕਰ ਰਹੇ ਹਾਂ ਕਿ ਇਹ ਗਰੀਬ ਹੈ ਇਹਦਾ ਪਰਿਵਾਰ ਹੈ ਗੁਜ਼ਾਰਾ ਨਹੀਂ ਵਧੀਆ ਕਰ ਪਾਂਦਾ ਬੱਚਿਆਂ ਨੂੰ ਨਹੀਂ ਪੜਾ ਲਿਖਾ ਸਕਦਾ ਇਸ ਕਰਕੇ ਅਸੀਂ ਆਰਥਿਕ ਤੌਰ ਤੇ ਇਹਦੀ ਮਦਦ ਕਰਦੇ ਹਾਂ ਹਰ ਮਹੀਨੇ ਦੀ ਮਹੀਨੇ ਪਰ ਜੇ ਸਾਨੂੰ ਇਹ ਗੱਲ ਪਤਾ ਲੱਗ ਜਾਏ ਜਿਸ ਬੰਦੇ ਦੀ ਅਸੀਂ ਮਦਦ ਕਰਦੇ ਹਾਂ ਜਿੰਨੂੰ ਅਸੀਂ ਪੈਸਾ ਦਿੰਨੇ ਆ ਨਾ ਤੇ ਉਹਨਾਂ ਪੈਸਿਆਂ ਨਾਲ ਰਾਸ਼ਨ ਲੈ ਕੇ ਆਉਂਦਾ ਨਾ ਆਪਣੇ ਬੱਚਿਆਂ ਦੀ ਫੀਸ ਦਿੰਦਾ ਹੈ ਬਲਕਿ ਉਹਨਾਂ ਪੈਸਿਆਂ ਦੇ ਨਾਲ ਉਹ ਨਸ਼ਾ ਕਰਦਾ ਹੈ ਜੂਆ ਖੇਡਦਾ ਹੈ ਮਾੜੇ ਕਰਮ ਕਰਦਾ ਹੈ ਜੇ ਸਾਨੂੰ ਇਹ ਸੱਚ ਦਾ ਪਤਾ ਲੱਗ ਜਾਏ ਇਹ ਗੱਲ ਬਾਰੇ ਪਤਾ ਲੱਗ ਜਾਏ ਕਿ ਅਸੀਂ ਉਹਨੂੰ ਦੁਬਾਰਾ ਪੈਸੇ ਦਵਾਂਗੇ ਦੁਬਾਰਾ ਉਹਦੀ ਕਦੇ ਮਦਦ ਕਰਾਂਗੇ ਨਹੀਂ ਕਰਾਂਗੇ ਨਹੀਂ ਹੋ ਸਕਦੀ ਸਾਡੇ ਪਰ ਦੇਖੋ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹ ਸਾਰਿਆਂ ਦੀ ਮਦਦ ਕਰਦਾ ਹੈ ਉਹ ਸਭ ਨੂੰ ਦਾਤਾਂ ਦੇ ਰਿਹਾ ਹੈ ਉਹਦੇ ਪੰਡਾਰੇ ਇੰਨੇ ਭਰੇ ਨੇ ਕਿ ਅਸੀਂ ਤੇ ਕਈ ਵਾਰ ਦਾਤਾਂ ਲੈਂਦੇ ਲੈਂਦੇ ਅਖੀਰ ਦੇ ਵਿੱਚ ਇੱਕ ਗੱਲ ਕਹਿ ਦਿੰਨੇ ਆ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿਨ ਦਾ ਟੋਟਨਾ ਅਗੰਤ ਭਰੇ ਪੰਡਾਰ ਕਿਤੇ ਨਾ ਕਿਤੇ ਜਾ ਕੇ ਅਸੀਂ ਇਹ ਗੱਲ ਕਹਿ ਦਿੰਨੇ ਵਾਹਿਗੁਰੂ ਤੇਰਾ ਦਿੱਤਾ ਖਾਵਣਾ ਸ਼ੁਕਰਾਨਾ ਹੈ ਪਰ ਉਹ ਵਾਇਗਰੂ ਐਡਾ ਸਮਰਾਥ ਹੈ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜਗੰਤਰ ਖਾਈ ਖਾਏ ਉਹ ਸਾਨੂੰ ਦਾਤਾ ਦੇਈ ਜਾ ਰਿਹਾ ਹੈ ਉਹ ਕਦੇ ਵੀ ਇਹ ਨਹੀਂ ਕਹਿੰਦਾ ਕਿ ਮੈਂ ਇਹਨੂੰ ਦਾਤ ਨਹੀਂ ਦੇਣੀ ਮੈਂ ਗਰੀਬ ਨੂੰ ਨਹੀਂ ਦੇਣੀ ਮੈਂ ਅਮੀਰ ਨੂੰ ਦੇਣੀ ਆ ਮੈਂ ਅਮੀਰ ਨੂੰ ਨਹੀਂ ਦੇਣੀ ਮੈਂ ਗਰੀਬ ਨੂੰ ਦੇਣੀ ਆ ਉਹਦੇ ਲਈ ਸਾਰੇ ਬਰਾਬਰ ਨੇ ਉਹਦੇ ਲਈ ਸਾਰੇ ਬਰਾਬਰ ਨੇ ਉਹ ਗੱਲ ਵੱਖਰੀ ਹੈ ਕਿ ਕਰਮੀ ਆਪੂ ਆਪਣੀ ਰੱਬ ਦੇ ਦਰ ਤੇ ਢੋਈ ਕਿਨੂੰ ਮਿਲਦੀ ਹੈ ਪਰ ਵਾਹਿਗੁਰੂ ਦਾਤਾ ਸਾਰਿਆਂ ਨੂੰ ਦੇ ਰਿਹਾ ਹੈ ਉਹ ਰੋਜੀ ਰੋਟੀ ਸਾਰਿਆਂ ਨੂੰ ਦੇ ਰਿਹਾ ਹੈ ਉਹ ਰੈਨ ਨੂੰ ਸਭ ਕੁਝ ਸਭ ਲਈ ਬਰਾਬਰ ਇੰਤਜ਼ਾਮ ਕੀਤੇ ਹੈ ਉਹ ਕਿਸੇ ਨਾਲ ਵੈਰ ਨਹੀਂ ਕਰਦਾ ਉਹ ਕਿਸੇ ਨਾਲ ਵੈਰ ਨਹੀਂ ਕਰਦਾ ਮਾਫ ਕਰਨਾ ਪਿਆਰਿਓ ਅਸੀਂ ਨਿਰਵੈਰ ਸ਼ਬਦ ਪੜਨ ਵਾਲਿਆਂ ਦੇ ਵਿੱਚ ਵੀ ਬੜਾ ਜ਼ਹਿਰ ਹੈ ਅਸੀਂ ਤੇ ਵੈਰ ਆਪਸ ਵਿੱਚ ਹੀ ਕਰੀ ਜਾ ਰਹੇ ਮੈਨੂੰ ਨੇ ਇੱਕ ਗੱਲ ਯਾਦ ਆ ਗਈ ਮਹਾਪੁਰਖ ਹੋਏ ਨੇ ਸੰਤ ਬਾਬਾ ਜਸਵੰਤ ਸਿੰਘ ਜੀ ਨਾਨਕ ਸਰਵਾਲ ਲੁਧਿਆਣੇ ਦੇ ਉਹਨਾਂ ਦੇ ਹਰ ਸਾਲਾਨਾ ਸਮਾਗਮ ਹੁੰਦਾ ਹੈ ਅ ਨਵੰਬਰ ਦੇ ਦਿਨਾਂ ਦੇ ਵਿੱਚ ਹੀ ਹੁੰਦਾ ਜੀ ਉਹਨਾਂ ਦੇ ਸਾਲਾਨਾ ਸਮਾਗਮ ਸੀ ਤੇ ਸੰਗਤਾਂ ਬਹੁਤ ਆਉਂਦੀਆਂ ਨੇ ਬੜਾ ਪਿਆਰ ਕਰਦੇ ਨੇ ਉਹ ਗੁਰੂ ਘਰ ਦੇ ਵਜ਼ੀਰਾ ਨੂੰ ਗੁਰੂ ਘਰ ਦੇ ਰਾਗੀ ਸਿੰਘਾਂ ਨੂੰ ਕਥਾ ਵਾਚਕਾਂ ਨੂੰ ਬੜਾ ਪਿਆਰ ਕਰਦੇ ਸੀ ਬੜਾ ਉਹਨਾਂ ਨਾਲ ਪਿਆਰ ਉਹਨਾਂ ਨੇ ਬੜੀ ਅਸੀਸਾਂ ਦੇਣੀਆਂ ਜੀ ਬੜਾ ਸਤਿਕਾਰ ਕਰਦੇ ਸਨ ਤੇ ਉਹਨਾਂ ਦੇ ਅੱਗੇ ਜੋ ਗੱਦੀ ਤੇ ਉਹਨਾਂ ਦੀ ਜਗਤ ਜਿਹੜੀ ਜ਼ਿੰਮੇਵਾਰੀ ਨਿਭਾ ਰਹੇ ਨੇ ਬਾਬਾ ਅਨਹਦ ਸਿੰਘ ਜੀ ਉਹ ਵੀ ਬੜੇ ਪਿਆਰ ਵਾਲੇ ਨੇ ਰੱਬੀ ਰੂਹ ਨੇ ਬੰਦਗੀ ਵਾਲੇ ਨੇ ਉਹਨਾਂ ਦੇ ਡੇਰੇ ਤੇ ਇੱਕ ਕਥਾਵਾ ਚਕਾਏ ਉਹ ਕਹਿਣ ਲੱਗੇ ਜੀ ਮੈਂ ਹਾਜ਼ਰੀ ਭਰਨੀ ਹੈ ਸੇਵਾ ਕਰਨੀ ਹੈ ਉਹ ਕਹਿਣ ਲੱਗੇ ਠੀਕ ਹੈ ਜੀ ਉਹਨਾਂ ਨੇ ਸੇਵਾਦਾਰਾਂ ਨੂੰ ਆਖਿਆ ਕਿ ਗਿਆਨੀ ਜੀ ਨੂੰ ਇੱਕ ਰੂਮ ਦੇ ਦਿਓ ਕਮਰਾ ਦੇ ਦਿਓ ਜਦੋਂ ਕਮਰਾ ਦੇ ਦਿੱਤਾ ਦੋਆ ਤਿੰਨਿਆ ਘੰਟਿਆਂ ਬਾਅਦ ਇੱਕ ਗਿਆਨੀ ਸਿੰਘ ਹੋਰ ਆ ਗਿਆ ਜੀ ਹੈ ਤੇ ਗੱਲ ਹਾਸ ਹੋਣੀ ਹੈ ਪਰ ਸਮਝ ਮੈਸੇਜ ਬਹੁਤ ਤਗੜਾ ਹੈ ਇੱਕ ਗਿਆਨੀ ਸਿੰਘ ਹੋਰ ਆ ਗਿਆ ਜੀ ਉਹ ਸੇਵਾਦਾਰ ਫਿਰ ਮਹਾਂਪੁਰਖਾ ਕੋ ਗਏ ਕਿ ਮਹਾਂਪੁਰਖੋ ਆਪਣੇ ਸਥਾਨ ਤੇ ਇੱਕ ਗਿਆਨੀ ਜੀ ਹੋਰ ਆ ਗਏ ਨੇ ਉਹ ਵੀ ਕਹਿਣ ਲੱਗੇ ਮੈਂ ਹਾਜ਼ਰੀ ਪਰ ਨਹੀਂ ਐ ਮੈਨੂੰ ਵੀ ਸਮਾਂ ਦਿਓ ਮਹਾਂਪੁਰਖ ਕਹਿਣ ਲੱਗੇ ਠੀਕ ਐ ਇਹਨਾਂ ਨੂੰ ਵੀ ਸਮਾਂ ਦੇ ਦਿਓ ਤੇ ਕਹਿਣ ਲੱਗੇ ਜੋ ਕਮਰਾ ਵੀ ਮੰਗਦੇ ਕਹਿਣ ਲੱਗੇ ਜਿੱਥੇ ਇੱਕ ਗਿਆਨੀ ਸਿੰਘ ਨੂੰ ਭੇਜਿਆ ਹੈ ਉਹਦੇ ਵਿੱਚ 2 ਬੈੱਡ ਲੱਗੇ ਨੇ ਉਹਨਾਂ ਨੂੰ ਕਹਦੇ ਉਹਨਾਂ ਦਾ ਵੀ ਇੰਤਜ਼ਾਮ ਉੱਥੇ ਕਰ ਦੋ ਕਿ ਕਮਰੇ ਥੋੜੇ ਨੇ ਤੇ ਇਸ ਕਰਕੇ ਉਹਨਾਂ ਦਾ ਵੀ ਇੰਤਜ਼ਾਮ ਕਰ ਦੋ ਕਹਿਣ ਲੱਗੇ ਦੋਨਾਂ ਗਿਆਨੀ ਸਿੰਘਾਂ ਨੂੰ ਇਕੱਠੇ ਕਰ ਦਿੱਤਾ ਘੰਟਾ ਨਹੀਂ ਬੀਤਿਆ ਉਹ ਗਿਆਨੀ ਸਿੰਘ ਆਪਤ ਦੇ ਵਿੱਚ ਕਿਸੇ ਗੱਲ ਤੇ ਬਹਿਸ ਪਏ ਹੋਣ ਉਹ ਆਗੇ ਸੇਵਾਦਾਰੋ ਕਹਿਣ ਲੱਗੇ ਜੀ ਸਾਨੂੰ ਅਲੱਗ-ਅਲੱਗ ਕਮਰੇ ਦੋ ਅਸੀਂ ਇਕੱਠੇ ਨਹੀਂ ਰਹਿ ਸਕਦੇ ਉਹ ਕਹਿਣ ਲੱਗੇ ਜੀ ਕਮਰੇ ਤਾਂ ਹੈ ਨਹੀਂ ਕਿੰਨੀਆਂ ਹਜ਼ਾਰਾਂ ਸੰਗਤਾਂ ਨੇ ਇਹ ਸਾਰੇ ਅਸੀਂ ਇੱਕੋ ਪੰਡਾਲ ਦੇ ਵਿੱਚ ਰੱਖੇ ਹੋਏ ਨੇ। ਉਹ ਜਦੋਂ ਮਹਾਪੁਰਖਾਂ ਕੋਲ ਗੱਲ ਗਈ ਨਾ ਮਹਾਪੁਰਖਾਂ ਨੇ ਬੜਾ ਹੱਸ ਕੇ ਕਿਹਾ ਜੀ ਗੱਲ ਨੂੰ ਮੈਸੇਜ ਬਹੁਤ ਠਗੜਾ ਹੈ। ਆਪਨ ਨਿਰਵੈਰ ਦੀ ਗੱਲ ਕਰ ਰਹੇ ਪਏ ਆ। ਨਿਰਵੈਰ ਪੜਨ ਤੇ ਜ਼ਰੂਰ ਪਏ ਆ ਪਰ ਅਸੀਂ ਅੰਦਰੋਂ ਨਿਰਵੈਰ ਹੋਏ ਆ। ਸਾਡੇ ਅੰਦਰ ਨਿਰਵੈਰ ਵਾਲੀ ਭਾਵਨਾ ਪੈਦਾ ਹੋਈ ਹੈ ਕਿ ਨਹੀਂ ਹੋਈ। ਸਿਰਫ ਪੜਨ ਵਾਸਤੇ ਨਿਰਵੈਰਤਾ ਨਹੀਂ ਆ। ਤਾਂ ਹੀ ਤੇ ਮਹਾਰਾਜੀ ਦੀ ਬਾਣੀ ਨੇ ਆਖਿਆ ਨਾ ਕਿ ਕਹਿੰਨੇ ਕਿ ਸਿਰਫ ਪੜੀ ਨਾ ਜਾ। ਉਸ ਸਤਿਗੁਰੂ ਨਿਰਵੈਰ ਹੈ ਤੇ ਕਹਿਣ ਲੱਗੇ ਤੂੰ ਵੀ ਨਿਰਵੈਰ ਬਣ ਤੇ ਜਦੋਂ ਮਹਾਪੁਰਖਾਂ ਨੂੰ ਪਤਾ ਲੱਗਿਆ ਨਾ ਮਹਾਪੁਰਖ ਹੱਸ ਕੇ ਕਹਿਣ ਲੱਗੇ ਦੇਖੋ ਆ ਦੋ ਗਿਆਨੀ ਨੇ ਜਿਹੜੇ ਨਿਰਵੈਰ ਸ਼ਬਦ ਵੀ ਪੜਦੇ ਨੇ ਨਿਰਭੋ ਵੀ ਪੜਦੇ ਨੇ ਬਾਣੀ ਵੀ ਪੜਦੇ ਨੇ ਪਰ ਇਹ ਦੋਨੇ ਜਾਣੇ ਇੱਕ ਕਮਰੇ ਦੇ ਵਿੱਚ ਇਕੱਠੇ ਨਹੀਂ ਰਹਿ ਸਕਦੇ ਅਪਰ ਇੰਨੇ ਅ ਗਿਆਨੀ ਲੋਕ ਨੇ ਜਿਹੜੇ ਨਈ ਵੀ ਬਾਣੀ ਪੜਦੇ ਨਈ ਵੀ ਸੇਵਾ ਕਰਦੇ ਹੋਣਗੇ ਪਰ ਇਹ ਸਾਰੇ ਅਗਿਆਨੀ ਇੱਕੋ ਹਾਲ ਦੇ ਵਿੱਚ ਪੈ ਸਕਦੇ ਨੇ ਪਰ ਦੋ ਗਿਆਨੀ ਇੱਕ ਜਗ੍ਹਾ ਇਕੱਠੇ ਨਹੀਂ ਹੋ ਸਕਦੇ ਭਾਵ ਨਿਰਵੈਰ ਪੜਿਆ ਵਾ ਪਰ ਜੀਵਨ ਵਿੱਚ ਕਮਾਇਆ ਨਹੀਂ ਜੀਵਨ ਵਿੱਚ ਨਿਰਵੈਰ ਵਾਲੀ ਭਾਵਨਾ ਪੈਦਾ ਨਹੀਂ ਕੀਤੀ ਅਸੀਂ ਤਾਂ ਆਪਣਿਆਂ ਦੇ ਨਾਲ ਹੀ ਬੜਾ ਵੈਰ ਕਮਾਈ ਫਿਰਦੇ ਆਂ ਅੱਜ ਦਾ ਸਭ ਤੋਂ ਵੱਡਾ ਜੇ ਤੁਸੀਂ ਕਿਸੇ ਦੀ ਮੁਕਾਬਲਾ ਨਹੀਂ ਨਾ ਕਰ ਸਕਦੇ ਬਰਾਬਰੀ ਨਹੀਂ ਕਰ ਸਕਦੇ ਉਹਦੀ ਬੁਰੀਾਈ ਕਰਨੀ ਸ਼ੁਰੂ ਕਰ ਦੋ ਅੱਜ ਇਦਾਂ ਹੀ ਹੋ ਰਿਹਾ ਹੈ ਨਾ ਸਾਡੇ ਅਤ ਦੇ ਨਜ਼ਦੀਕੀ ਬੰਦੇ ਵੀ ਜਿਸ ਕਰਕੇ ਮਾੜੀ ਜੀ ਕੋਈ ਗੱਲਬਾਤ ਹੋ ਜੇ ਜਿਹੜਾ ਕਹਿੰਦਾ ਸੀ ਕਿ ਇਹ ਮੇਰਾ ਬੜਾ ਪਿਆਰਾ ਮਿੱਤਰ ਹੈ ਮੈਂ ਇਹਦੇ ਤੋਂ ਬਗੈਰ ਇੱਕ ਪਾਲ ਨਹੀਂ ਰੰਦਾ ਉਹੀ ਤੁਹਾਡੇ ਨਾਲ ਸਭ ਤੋਂ ਵੱਡ ਵੈਰੀ ਬਣ ਜਾਂਦਾ ਹੈ ਉਹੀ ਵੈਰ ਰਚਉਣ ਲੱਗ ਜਾਂਦਾ ਹੈ ਤੇ ਮਹਾਰਾਜ ਕਹਿਣ ਲੱਗੇ ਭਾਈ ਨਰਵੈਰ ਸ਼ਬਦ ਪੜਿਆ ਨਾ ਕਰ ਆਪਣੀ ਜ਼ਿੰਦਗੀ ਅੰਦਰ ਵੀਨਰ ਵੈਰ ਹੋਣਾ ਸਿੱਖ ਜ਼ਿੰਦਗੀ ਅੰਦਰ ਵੀ ਨਿਰਵੈਰ ਵਾਲੀ ਭਾਵਨਾ ਲਿਆ ਤਾਂ ਹੀ ਸਤਿਗੁਰੂ ਦੇ ਦਰ ਤੇ ਤੂੰ ਪ੍ਰਵਾਨ ਹੋਏਗਾ ਅਸੀਂ ਸਿਰਫ ਕੱਲਾ ਪੜਨਾ ਨਹੀਂ ਨਿਰਵੈਰ ਇਸ ਗੁਣ ਨੂੰ ਆਪਣੇ ਜ਼ਿੰਦਗੀ ਅੰਦਰ ਵੀ ਪੈਦਾ ਕਰਨਾ ਹੈ ਕਿਸੇ ਨਾਲ ਵੈਰ ਵਿਰੋਧਤਾ ਨਹੀਂ ਕਰਨੀ ਸਤਿਗੁਰੂ ਦੀ ਬਾਣੀ ਕਹਿੰਦੀ ਹੋਏ 71 ਮਿਲੋ ਮੇਰੇ ਭਾਈ ਦੁਬਿਦਾ ਦੂਰ ਕਰੋ ਲਿਵ ਲਾਏ 71 ਇਕੱਠਰ ਇਕੱਠਿਆ ਹੋ ਕੇ ਬੈਠੋ ਗੁਰੂ ਦਾ ਜਸ ਗਾਇਨ ਕਰੋ ਸ਼ਬਦ ਨੂੰ ਜਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ